सुन ले, ये हम इस असेंबली को मानते ही नहीं है। ये जब तक ये असेंबली नहीं चलेगी, जब तक ये नामालूम लोग जो है जो किसी का हक मार के यहाँ आ गए, ये नहीं निकाले जाएंगे, सवाल ही पैदा नहीं होता। अस्सलाम वालेकुम वरहमतुल्लाह वबरकातुहु। आप देख रहे हैं निगेबान पाकिस्तान, मैं कुर्बान इमरान खान। मैंने आपसे बात किया था मिशाल यूसुफ जई का, वो बेचारी डर गई है मेरे, उसने कोई क्लिप देख ली है तो कह रही अंकल जी मैं बस माड़ी हूँ, मैं माड़ी हूँ माड़ी हूँ। अच्छा जी, वो लेकिन मैंने उसने उसने मुझे कहा था आप बना के भेज दो, तो मैंने कहा मैं बना के भेज देते हैं। आज हमारे साथ आपको पता है अल्लाह डिवाया अल्लाह फसाया जो मैं बात करता हूँ, उनसे शुरू करते हैं कि क्या इसको करना चाहिए अली मीन गंडापुर को। दो इसमें एपिसोड में प्रोग्राम होएगा। आज मैंने अपने साथ स्पेशल तौर पे ए बी चौधरी साहब, हाँ समझ तो गए होंगे ना, ए बी चौधरी साहब को लिया, उनसे बात करते हैं लाइव में ही कि क्या सूरत हाल है तो क्या नहीं है। हाँ जी चौधरी साहेब, सलाम अलैकुम। सर जी है जरा दसो के पोलिंग ऑफिसर की होंदा ते कौन अपॉइंट करदा है? जी बहुत शुक्रिया, तुसी दावत मन दित्ती, बहुत मेहरबानी। ते ऐसा है कि जिहड़ा होंदा ना इलेक्शन कमीशन हदायत करदा है तमाम महकमियां नूं अपने अपने लिस्टां दिओ सानूं मुलाजमां दी। अच्छा, मसलन इरीगेशन डिपार्टमेंट, पीडब्ल्यूडी ते फॉरेस्ट डिपार्टमेंट ते फलाना फलाना, इलेक्शन कमीशन अगर पंजाब दा पंजाब नूं, केपीके वाला केपीके नूं, हर सूबे दा एक इलेक्शन कमीशन बैठदा, उन्हां नूं लिस्टां चल जांदियां ने, ओह लिस्टां चेक करके, क्योंकि जैन जी ओह साइन होके जांदियां ने, इट मीनस उन्हां रिस्पोंसिबल हो जांदे ने कंसर्न सैक्रेटरीज। दयाल सिंह कॉलेज चले जान, इस तरह के गवर्नमेंट के अदारियां दे विच रहंदे होया ओह पंजी तीह बंदे एक कमरे जिधर आराम नाल बैठ जान, लेडीज एक पासे एक पासे जेंट्स बैठते ने, उहदे दे उत्ते ਉਹ ਸਾਨੂੰ ਜਿਹੜਾ ਟ੍ਰੇਨਿੰਗ ਦਿੰਦਾ ਉਹ ਬਾਬਾ ਹੁੰਦਾ ਕੋਈ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਇਸ ਲੈਵਲ ਦੇ ਰੈਂਕ ਦੇ ਬੰਦੇ ਟ੍ਰੇਨਿੰਗ ਦੇ ਰਹੇ ਹੁੰਦੇ ਜਿਹਨੂੰ ਪਹਿਲੇ ਹੀ ਇਲੈਕਸ਼ਨ ਕਮਿਸ਼ਨ ਟ੍ਰੇਨਿੰਗ ਦੇ ਚੁੱਕਿਆ ਹੁੰਦਾ। ਅੱਛਾ, ਮਹਿਕਮਾ ਤਾਲੀਮ ਤੋਂ ਲੈ ਆਉਂਦੇ ਨੇ। ਅੱਛਾ ਜੀ, ਇਹ ਦੱਸੋ ਇੱਕ ਮਸਲਨ ਐਮ ਓ ਕਾਲਜ ਤੁਸੀਂ ਦੱਸਿਆ, ਉੱਥੇ ਕਿੰਨੇ ਪੋਲਿੰਗ ਅਫੀਸਰ ਹੁੰਦੇ ਨੇ? ਪੋਲਿੰਗ ਆਫਿਸਰ, ਮੇਰੀ ਗੱਲ ਪਹਿਲੇ ਤਾਂ ਸੁਣ ਲਓ ਕਿ ਟ੍ਰੇਨਿੰਗ ਜਿਹੜੀ ਹੈ ਨਾ ਉੱਥੇ ਹੋ ਗਈ ਟ੍ਰੇਨਿੰਗ, ਉੱਥੇ ਸਾਨੂੰ ਪ੍ਰੋਫੈਸਰ ਨੇ ਸਿਰਫ ਟ੍ਰੇਨਿੰਗ ਦੇ ਦਿੱਤੀ, ਸਾਡੇ ਕੋਲ ਜਦੋਂ ਟ੍ਰੇਨਿੰਗ ਹੋ ਗਈ ਸਾਈਨ ਹੋ ਕੇ ਚਲੇ ਜਾਂਦੇ ਵੀ ਇਹ ਬੰਦਿਆਂ ਨੇ ਟ੍ਰੇਨਿੰਗ ਕਰ ਲਈ। ਅਗਲੀ ਗੱਲ, ਜਿਹਨਾਂ ਨੂੰ ਜਿਹੜੇ ਬੰਦੇ ਨਹੀਂ ਆਉਂਦੇ ਟ੍ਰੇਨਿੰਗ ਦੇ ਉੱਤੇ ਉਹਨਾਂ ਖਿਲਾਫ਼ ਐਕਸ਼ਨ ਵੀ ਹੁੰਦਾ ਬਕਾਇਦਾ, ਮਹਿਕਮਾਨਾ ਵੀ ਹੁੰਦਾ, ਫਿਰ ਉਹਦੇ ਪੀਡੈਕਟ ਲੱਗਦਾ, ਉਹਦੇ ਜਨਾਬ ਕੰਡਕਟ ਲੱਗਦਾ ਕਿ ਤੂੰ ਕਿਉਂ ਨੀ, ਤੈਨੂੰ ਡਿਊਟੀ ਤੇਰੀ ਦਿੱਤੀ ਗਈ ਸੀ, ਤੂੰ ਕਿਉਂ ਨੀ ਉਹਦੇ ਪੂਰਾ ਉਤਰਿਆ। ਅੱਛਾ, ਦਿਆਲ ਸਿੰਘ ਕਾਲਜ ਦੇ ਜਾਂ ਐਮ ਓ ਕਾਲਜ ਵਿੱਚ ਕਿੰਨੇ ਪੋਲਿੰਗ ਅਫੀਸਰ ਹੁੰਦੇ ਨੇ? ਜਿੰਨੇ ਉੱਥੇ ਕਮਰੇ ਨੇ, ਜਿੰਨੇ ਉੱਥੇ ਕਮਰੇ ਨੇ, ਉਨੇ ਹੀ ਹਰ ਕਮਰੇ ਦੇ ਵਿੱਚ ਦੋ ਪੋਲਿੰਗ ਆਫਿਸਰ, ਦੋ ਅਸਿਸਟੈਂਟ ਪ੍ਰੈਜ਼ਾਈਡਿੰਗ, ਇੱਕ ਪ੍ਰੈਜ਼ਾਈਡਿੰਗ ਅਫਸਰ। ਅੱਛਾ, ਤੇ ਦੋ ਇੱਕ ਕਮਰੇ ਦੇ ਵਿੱਚ ਦੋ ਪੋਲਿੰਗ ਆਫਿਸਰ ਬੈਠਦੇ, ਦੋ ਅਸਿਸਟੈਂਟ ਪ੍ਰੈਜ਼ਾਈਡਿੰਗ ਬੈਠ ਗਏ। ਦੂਸਰੇ ਕਮਰੇ 'ਚ ਐਸੀ ਤਰ੍ਹਾਂ ਹੀ ਦੂਸਰੇ ਕਮਰੇ ਚਲ ਜਾਂਦੇ ਨੇ, ਉੱਥੇ ਦੋ ਪੋਲਿੰਗ ਆਫਿਸਰ, ਦੋ ਅਸਿਸਟੈਂਟ ਪ੍ਰੈਜ਼ਾਈਡਿੰਗ ਅਫਸਰ, ਇਹ ਦੋਨਾਂ ਕਮਰਿਆਂ ਦੇ ਉੱਤੇ ਇੱਕ ਇੰਚਾਰਜ ਲੱਗਦਾ, ਉਹਦਾ ਨਾਮ ਹੁੰਦਾ ਪ੍ਰੈਜ਼ਾਈਡਿੰਗ ਅਫਸਰ। ਅੱਛਾ ਅੱਛਾ ਅੱਛਾ, ਜਿਹੜਾ ਰਿਟਰਨਿੰਗ ਅਫਸਰ ਹੈ ਕੋਈ ਬੁਲਾ ਹੁੰਦੀ ਹੈ, ਇਹ 17ਵੇਂ 18ਵੇਂ ਦੇ ਹਾਈ ਲੈਵਲ ਦੇ ਡੀਡੀਓ ਜਿਨ੍ਹਾਂ ਕੋਲ ਪਾਵਰ ਹੁੰਦੀਆਂ ਨੇ ਉਹਨਾਂ ਦੀ ਕਰਦੇ ਨੇ, ਉਹ ਇਸ ਗੱਲੋਂ ਨੀ ਮੈਂ ਤੁਹਾਨੂੰ ਡਿਟੇਲ ਨਾਲ ਦੱਸ ਸਕਦਾ, ਕਿਉਂਕਿ ਸਾਡਾ ਕੰਮ ਪੋਲਿੰਗ ਅਫਿਸਰ ਅਸਿਸਟੈਂਟ ਪ੍ਰੈਜ਼ਾਈਡਿੰਗ ਤੇ ਪ੍ਰੈਜ਼ਾਈਡਿੰਗ ਲਿਸਟਾਂ ਦੇ ਅਸੀਂ ਖੁਦ ਮਰਤਬ ਕਰਕੇ ਭੇਜਦੇ ਆ, ਜਿਹੜਾ ਖੁਦ ਉਹ ਲੈਂਦੇ ਨੇ ਪ੍ਰੈਜ਼ਾਈਡਿੰਗ, ਜਿਹੜੇ ਰਿਟਰਨਿੰਗ ਅਫਸਰ ਜਾਂ ਦੂਸਰੇ ਡਿਸਟ੍ਰਿਕਟ ਰਿਟਰਨਿੰਗ ਅਫਸਰ, ਇਹ ਮੋਸਟਲੀ ਬਾਅਦ ਦਫ਼ਾ ਕੋਈ ਮਤਲਬ ਬਿਊਰੋਕਰੇਟ ਲੈਵਲ ਦੇ 18ਵੇਂ ਤੋਂ 19ਵੇਂ ਵਾਲੇ
ਉਸ ਰੈਂਕ ਦੇ ਜਿਹੜੇ ਬੰਦੇ ਆ ਨਾ ਉਹਨਾਂ ਦਾ ਲਹਿਦਾ ਨੋਟੀਫਿਕੇਸ਼ਨ ਹੁੰਦਾ, ਉਹਨਾਂ ਦੀ ਟ੍ਰੇਨਿੰਗ ਵੀ ਲਹਿਦਾ ਹੁੰਦੀ ਹੈ। ਉਹ ਦੋ ਮਤਲਬ ਇੱਕ ਸਟੇਜਾਂ ਹੋਣਗੀਆਂ, ਇੱਕ ਰਿਟਰਨ ਪ੍ਰੈਜ਼ਾਈਡਿੰਗ ਅਫਸਰ ਤੱਕ, ਪੋਲਿੰਗ ਅਫੀਸਰ, ਅਸਿਸਟੈਂਟ ਪ੍ਰੈਜ਼ਾਈਡਿੰਗ ਤੇ ਪ੍ਰੈਜ਼ਾਈਡਿੰਗ। ਇੱਕ ਬੈਚ ਇਹ ਹੋ ਗਿਆ, ਇੱਕ ਜਿਹੜਾ ਉਪਲਾ ਡਿਸਟ੍ਰਿਕਟ ਰਿਟਰਨਿੰਗ ਅਫਸਰ ਜਾਂ ਰਿਟਰਨਿੰਗ ਅਫਸਰ, ਇਹ ਲੈਵਲ ਸਾਡੇ ਦਾ ਨਹੀਂ ਹੈ, ਖੁਦ ਅਨਾਊਂਸ ਕਰਦੇ ਨੇ ਇਹਨਾਂ ਦੀ ਟ੍ਰੇਨਿੰਗ ਜਾਂ ਇਹਨਾਂ ਦੇ चलो चलो ऐसे दसो कि जो पोलिंग खत्म हो गई ओद बाद की हुंदा? जो जनाब पोलिंग खत्म हो गई, अच्छा पहले नंबर ते मोस्टली हैगा कि ड्यूटी की है ना दी, वैसे बेसिकली क्वेश्चन है बनता है कि पोलिंग ऑफिसर ने की करना, असिस्टेंट प्रेजाइडिंग ते प्रेजाइडिंग ने की करना। अच्छा दसो, जो अंदर कमरे च बंदा आया उन्हें आके सब ना पहले पोलिंग ऑफिसर नु फेस करना है, जनाब हेलो मेरी पर्ची आईडी कार्ड ਉਹ ਸਿਲਸਿਲਾ ਨੰਬਰ ਤੇ ਇੱਕ ਪਰਚੀ ਬਾਹਰੋਂ ਬੈਠੇ ਹੁੰਦੇ ਨੇ ਪੋਲਿੰਗ ਏਜੰਟ, ਉਹਨਾਂ ਕੋਲ ਬਣਵਾ ਕੇ ਲਿਆਂਦਾ, ਬਾਹਰ ਬੈਠੇ ਹੁੰਦੇ ਤੰਬੂ ਲਾ ਕੇ, ਹਾਂਜੀ ਹਾਂਜੀ ਹਰ ਪਾਰਟੀ ਦੇ ਆਪਣੇ ਲਾ ਕੇ ਬੈਠੇ ਹੁੰਦੇ ਵੀ ਉੱਥੇ ਉਹ ਕਾਟਾ ਮਾਰਦੇ ਨੇ, ਲੈ ਵੀ ਪਰਚੀ ਲੈ ਦੇ ਅੰਦਰ ਚਲਾ ਗਿਆ। ਹਾਂਜੀ ਅੰਦਰ ਹੁੰਦੀ ਸਿਕਿਉਰਿਟੀ, ਉਹ ਸਿੱਧਾ ਪਹਿਲੇ ਆਉਂਦਾ ਪੋਲਿੰਗ ਅਫੀਸਰ ਤੋਂ, ਐਲੋ ਭੈਣ ਮੇਰਾ ਸਿਲਸਿਲਾ ਨੰਬਰ ਹੈ, ਮੇਰਾ ਖਾਨਦਾਨ ਨੰਬਰ ਹੈ ਤੇ ਮੈਨੂੰ ਜ਼ਰਾ ਆਈ ਡੀ ਕਾਰਡ ਚੈੱਕ ਕਰ ਦਿਓ। ਅੱਛਾ ਉੱਥੇ ਇਲੈਕਸ਼ਨ ਕਮਿਸ਼ਨ ਨੇ ਪੋਲਿੰਗ ਅਫੀਸਰ ਨੂੰ ਕਿਤਾਬ ਦਿੱਤੀ ਹੋਣੀ, ਉਹਦੇ ਹਲਕੇ ਦੇ ਤਮਾਮ ਬੰਦੇ ਉਹ ਚ ਸ਼ਾਮਿਲ ਹੁੰਦੇ ਨੇ, ਤਸਵੀਰਾਂ ਲਈ ਵਗੈਰਾ, ਕਾਲੀ ਪੈਨਸਲ ਲਾਲ ਪੈਨਸਲ ਤੂੰ ਇੰਜ ਕਰਕੇ ਲਾਈਨ ਲਾ ਦੇਣੀ ਹੈ ਕਿ ਮੀਨਸ ਕਿ ਬੰਦਾ ਤੇਰੇ ਕੋਲ ਚੈੱਕ ਹੋ ਗਿਆ। ਅੱਛਾ ਪੋਲਿੰਗ ਅਫੀਸਰ ਦੀ ਡਿਊਟੀ ਕਾਟਾ ਮਾਰ ਕੇ ਵੈਰੀਫਾਈ ਕਰਕੇ ਉਹਨੂੰ ਭੇਜ ਦਿੰਦਾ ਅਸਿਸਟੈਂਟ ਪ੍ਰੈਜ਼ਾਈਡਿੰਗ ਅਫਸਰ ਕੋਲ। ਅੱਛਾ ਅਸਿਸਟੈਂਟ ਪ੍ਰੈਜ਼ਾਈਡਿੰਗ ਅਫਸਰ ਉਹਨੂੰ ਮਜ਼ੀਦ ਉਹਨੂੰ ਦੇਖਦਾ, ਉਹਦਾ ਕੋਈ ਪਰਚੀ ਬਣਾ ਕੇ ਉਹਨੂੰ ਦੇ ਦਿੰਦਾ, ਐਲਾ ਵੀ ਤੇਰੇ ਨਾਮ ਦੀ ਪਰਚੀ ਬਣ ਗਈ, ਉਹਨੂੰ ਕੱਟ ਕੇ ਫੜਾ ਦਿੰਦਾ, ਉਹ ਜਨਾਬ ਆਪਣੇ ਕੋਲ ਰੱਖ ਲੈਂਦਾ, ਅਸਿਸਟੈਂਟ ਪ੍ਰੈਜ਼ਾਈਡਿੰਗ ਅਫਸਰ ਉਹਨੂੰ ਖਾਂਦਾ, ਦੂਜਾ ਉਹਨੂੰ ਐਲਾ ਭਰ ਮੋਹਰ ਤੇ ਇਹ ਦੂਜੇ ਸਾਹਮਣੇ ਉਹ ਪਰਲੇ ਪਾਸੇ ਕਰਕੇ ਨਾ ਉਹ ਸ਼ੀਟ ਜੀ ਲਾਈ ਹੁੰਦੀ ਹੈ ਤਾਂ ਕਿ ਕੋਈ ਦੇਖੇ ਨਾ, ਉੱਧਰ ਜਾ ਕੇ ਠੱਪਾ ਲਾ ਜਿਹਨੂੰ ਲਾਣਾ ਉਹ ਫੋਲਡ ਕਰਕੇ ਤੇ ਡੱਬੇ ਚ ਪਾ ਦੇ। ਅੱਛਾ ਜਿਹੜੀ ਹੈ ਅੰਗੂਠਾ ਜਿਹੜਾ ਲੱਗਦਾ ਹੈ ਵੋਟ ਪਾਉਣ ਵਾਲੇ ਦਾ, ਉਹ ਪੋਲਿੰਗ ਅਫੀਸਰ ਅਸਿਸਟੈਂਟ ਪੋਲਿੰਗ ਅਫੀਸਰ ਜਦੋਂ ਉਹਨੂੰ ਆਪਣਾ ਕਾਟਾ ਮਾਰ ਦਿੰਦਾ, ਇੱਕ ਖਾਨਾ ਬਣਾਇਆ ਹੁੰਦਾ ਕਾਟੇ ਦੇ ਅੱਗੇ ਕਿ ਇੱਥੇ ਅੰਗੂਠਾ ਲਗਾਵੇ ਜਿਹੜੇ ਬੰਦੇ ਨੇ ਵੋਟ ਕਾਸਟ ਕਰਨਾ, ਅੱਛਾ ਥੋੜਾ ਉਹ ਖੱਬਾ ਅੰਗੂਠਾ ਲਾ ਕੇ ਲਵਾ ਦਿੰਦੇ। ਚਲੋ ਇਹ ਹੋ ਗਿਆ, ਅੰਗੂਠਾ ਲੱਗਦਾ ਜਿੱਦਾਂ ਪੋਲੀਓ ਦਾ ਕਤਰਾ ਨਹੀਂ ਪਿਆਉਣ ਤੋਂ ਬਾਅਦ ਬੱਚੇ ਦੀ ਨਿਸ਼ਾਨੀ ਲਾਉਂਦੇ ਆ। ਹਾਂਜੀ ਹਾਂਜੀ ਸਮਝ ਗਿਆ ਸਮਝ ਗਿਆ। ਪੋਲਿੰਗ ਅਫੀਸਰ ਦੀ ਇੱਕ ਡਿਊਟੀ ਇਹ ਵੀ ਹੁੰਦੀ ਹੈ ਕਿ ਜਨਾਬ ਉਹਦੇ ਇੰਜ ਕਰਕੇ ਨਿਸ਼ਾਨ ਲਾਏਗਾ ਕਿ ਜਨਾਬ ਇਹਨੇ ਵੋਟ ਕਾਸਟ ਕਰਤਾ ਤਾਂ ਕਿ ਵੈਰੀਫਾਈ ਹੋ। ਅੱਛਾ ਅੱਛਾ ਇਹ ਦੱਸੋ ਪੋਲਿੰਗ ਖਤਮ ਹੋ ਗਈ ਉਹਦੇ ਬਾਅਦ ਦਾ ਮਰਹਲਾ? ਸਾਰਾ ਦਿਨ ਵੋਟ ਕਾਸਟ ਹੁੰਦੇ ਗਏ, ਉਸ ਤੋਂ ਬਾਅਦ ਸਿਕਿਉਰਿਟੀਜ਼ ਹੁੰਦੀ ਹੈ ਉਹਨਾਂ